ਪੰਜਾਬ ਸਰਕਾਰ ਵੱਲੋਂ ਹਰਪ੍ਰੀਤ ਸਿੰਘ ਸਿੱਧੂ ਦੀ ਮੁੜ ਤੋਂ ਐਸਟੀਐਫ ਮੁਖੀ ਵਜੋਂ ਕੀਤੀ ਨਿਯੁਕਤੀ ਤੇ ਸਵਾਲ ਚੁੱਕਣ ਵਾਲਿਆਂ ਨੂੰ ਕੈਪਟਨ ਨੇ ਕਰਾਰਾ ਜਵਾਬ ਦਿੱਤਾ ਹੈ। ਕੈਪਟਨ ਦੇ ਸਲਾਹਕਾਰ ਰਵੀਨ ਠੁਕਰਾਲ ਨੇ ਮੁੱਖ ਮੰਤਰੀ ਵੱਲੋਂ ਟਵੀਟ ਕੀਤਾ ਜਿਸ 'ਚ ਕੈਪਟਨ ਨੇ ਸਖ਼ਤੀ ਦਿਖਾਉਂਦੇ ਹੋਏ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਅਨੁਸ਼ਾਸਨ ਭੰਗ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਹਰਪ੍ਰੀਤ ਸਿੱਧੂ ਦੀ ਦੁਬਾਰਾ ਨਿਯੁਕਤੀ ਤੋਂ ਕਿਸੇ ਨੂੰ ਖੁਸ਼ੀ ਨਹੀਂ ਹੈ ਤਾਂ ਉਹ ਸੂਬੇ ਨੂੰ ਛੱਡ ਕੇ ਕੇਂਦਰ ਸਰਕਾਰ ਤੋਂ ਡੈਪੂਟੇਸ਼ਨ ਦੀ ਮੰਗ ਕਰ ਸਕਦਾ ਹੈ। ਆਖਿਰ ਹਰਪ੍ਰੀਤ ਸਿੱਧੂ ਦੇ ਨਾਂ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਇੰਨਾ ਗੁੱਸਾ ਕਿਉਂ ਖੋਲਿਆ ਇਹ ਜਾਣਨ ਲਈ ਚੱਲਦੇ ਹਾਂ 2017 'ਚ। 2017 'ਚ ਨਸ਼ਿਆਂ ਖਿਲਾਫ਼ ਕੈਪਟਨ ਸਰਕਾਰ ਨੇ ਐਸਟੀਐਫ ਬਣਾਈ ਜਿਸਦਾ 1992 ਬੈਚ ਦੇ ਹਰਪ੍ਰੀਤ ਸਿੱਧੂ ਨੂੰ ਮੁਖੀ ਲਗਾਇਆ ਗਿਆ। ਸਿੱਧੂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੀ ਰਿਪੋਰਟ ਕਰਦੇ ਸੀ ਫਿਰ ਹਰਪ੍ਰੀਤ ਸਿੱਧੂ ਨੂੰ ਡੀਜੀਪੀ ਸੁਰੇਸ਼ ਅਰੋੜਾ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ। ਸਿੱਧੂ ਵੱਲੋਂ ਹਾਈਕੋਰਟ 'ਚ ਨਸ਼ਿਆਂ ਖਿਲਾਫ਼ ਰਿਪੋਰਟ ਸੌਂਪੀ ਗਈ। ਰਿਪੋਰਟ 'ਚ ਮਜੀਠੀਆ ਖਿਲਾਫ਼ ਜਾਂਚ ਦੀ ਮੰਗ ਕੀਤੀ ਗਈ। ਸਤੰਬਰ 2018 'ਚ ਹਰਪ੍ਰੀਤ ਸਿੱਧੂ ਨੂੰ ਐਸਟੀਐਫ ਮੁਖੀ ਤੋਂ ਹਟਾ ਦਿੱਤਾ ਗਿਆ ਅਤੇ ਡੀਜੀਪੀ ਮੁਹੰਮਦ ਮੁਸਤਫਾ ਨੂੰ ਮੁਖੀ ਲਗਾ ਦਿੱਤਾ ਗਿਆ। ਮੁਸਤਫਾ ਤੋਂ ਬਾਅਦ ADGP ਗੁਰਪ੍ਰੀਤ ਦਿਓ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਅਤੇ ਹੁਣ ਇੱਕ ਵਾਰ ਫਿਰ ਪੰਜਾਬ ਸਰਕਾਰ ਵੱਲੋਂ ਗੁਰਪ੍ਰੀਤ ਦਿਓ ਨੂੰ ਹਟਾ ਕੇ ਹਰਪ੍ਰੀਤ ਸਿੰਘ ਸਿੱਧੂ ਨੂੰ ਐਸਟੀਐਫ ਦੀ ਕਮਾਂਡ ਸੌਂਪ ਦਿੱਤੀ ਗਈ ਹੈ। ਮੀਡੀਆ ਹਵਾਲੇ ਤੋਂ ਇਹ ਵੀ ਖ਼ਬਰਾਂ ਨੇ ਕਿ ਸਿੱਧੂ ਦੀ ਮੁੜ ਨਿਯੁਕਤੀ ਦਾ ਉੱਚ ਅਧਿਕਾਰੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਦਾ ਗੁੱਸਾ ਇੰਨਾ ਉਬਾਲਾ ਖਾ ਗਿਆ। ਚੰਡੀਗੜ੍ਹ ਤੋਂ ਅੰਕੁਸ਼ ਮਹਾਜਨ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ।